ਧੰਨ ਧੰਨ ਬਾਬਾ ਜੰਡ ਪੀਰ ਜੀ ਦਾ 2 ਰੋਜ਼ਾ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਇੱਥੋਂ ਥੋੜੀ ਦੂਰ ਪੈਂਦੇ ਪਿੰਡ ਮਾੜੀ ਉਦੋਕੇ ਵਿਖੇ ਧੰਨ ਧੰਨ ਬਾਬਾ ਜੰਡ ਪੀਰ ਜੀ ਦਾ 2 ਰੋਜ਼ਾ ਸਲਾਨਾ ਜੋੜ ਮੇਲਾ ਪਿੰਡ ਵਾਸੀਆਂ ਅਤੇ ਨਗਰ ਪੰਚਾਇਤ ਮਾੜੀ ਉਦੋਕੇ ਦੇ ਸਹਿਯੋਗ ਨਾਲ ਮਨਾਇਆ ਗਿਆ, ਜਿਸ ਵਿੱਚ ਪੀਰ ਦੇ ਦਰਬਾਰ ਤੇ ਪਹੁੰਚ ਕੇ ਪੀਰ ਦੇ ਸ਼ਰਧਾਲੂਆਂ ਨੇ ਨਤਮਸਤਕ ਹੋ ਕੇ ਆਪੋ ਆਪਣੀਆਂ ਮਨੋਕਾਮਨਾ ਦੀ ਪੂਰਤੀ ਲਈ ਅਰਦਾਸ ਕੀਤੀ। ਮੇਲੇ ਦੀ ਸ਼ੁਰੂਆਤ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਪੀਰ ਦੀ ਮਜ਼ਾਰ ਤੇ ਚਾਦਰ ਚੜਾ ਕੇ ਕੀਤੀ ਗਈ। ਉਪਰੰਤ ਪਹਿਲੇ ਦਿਨ ਲੱਕੀ ਕਵਾਲ ਤੇ ਉਸਦੇ ਸਾਥੀਆਂ ਨੇ ਕਵਾਲੀਆਂ ਰਾਹੀਂ ਪੀਰ ਦਾ ਗੁਣਗਾਨ ਕੀਤਾ ਅਤੇ ਅਗਲੇ ਦਿਨ ਅਖਾੜੇ ਵਿੱਚ ਦੁਗਾਣਾ ਜੋੜੀ ਮੰਗਾ ਰਾਜੋਕੇ ਅਤੇ ਬੀਬੀ ਅਖਨੂਰ ਗਿੱਲ ਨੇ ਅਤੇ ਹੈਪੀ ਚੀਮਾ ਕਮਲਜੀਤ ਕੌਰ ਨੇ ਆਪੋ ਆਪਣੇ ਵੱਖੋ ਵੱਖ ਗੀਤਾਂ ਰਾਹੀਂ ਹਾਜ਼ਰੀ ਲਗਵਾਈ। ਇਸ ਮੌਕੇ ਪ੍ਰਸਿੱਧ ਗਾਇਕ ਜੋੜੀ ਸ਼ਰੀਫ ਦਿਲਦਾਰ ਅਤੇ ਬੀਬਾ ਐਸ਼ ਕੌਰ ਅਤੇ ਜਸਪ੍ਰੀਤ ਜੱਸੀ ਨੇ ਆਉਂਦਿਆਂ ਹੀ ਆਪਣੇ ਧਾਰਮਿਕ ਗੀਤ ਅਤੇ ਹੋਰ ਮਕਬੂਲ ਗੀਤਾਂ ਨੂੰ ਸਰੋਤਿਆਂ ਨੂੰ ਸੁਣਾ ਕੇ ਵਾਹਵਾ ਖੱਟੀ। ਇਸ ਮੌਕੇ ਪੀਰ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਸਮੇਂ ਮੇਲਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਸਰਪੰਚ ਨਰਵੈਲ ਸਿੰਘ ਉਦੋਕੇ, ਸਰਪੰਚ ਧਰਮਵੀਰ ਸਿੰਘ, ਸਰਪੰਚ ਸਤਨਾਮ ਸਿੰਘ, ਸੀਨੀਅਰ ਕਾਂਗਰਸੀ ਆਗੂ ਬਲਰਾਜ ਸਿੰਘ ਬੌਵੀ, ਮੈਂਬਰ ਪੰਚਾਇਤ ਨਰਵੈਲ ਸਿੰਘ ਦੋਧੀ, ਮੈਂਬਰ ਪੰਚਾਇਤ ਸੋਨਾ ਸਿੰਘ, ਸਤਵੀਰ ਸਿੰਘ ਅਤੇ ਸਵਰਗੀ ਬਾਬਾ ਪਹਿਲਵਾਨ ਦੇ ਸਪੁੱਤਰ ਮਹਿਲ ਸਿੰਘ ਅਤੇ ਗੁਰਸੇਵ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਬਿਊਰੋ ਰਿਪੋਰਟ, ਦਲਵੀਰ ਉਦੋਕੇ, LVS ਨਿਊਜ਼, ਭਿੱਖੀਵਿੰਡ। ਦੇ ਵੱਲੋਂ
ਵੱਲੋਂ ਕੁਝ ਸਨਮਾਨਯੋਗ ਹਸਤੀਆਂ ਜਿਨ੍ਹਾਂ ਦਾ ਸਨਮਾਨ ਕਰਨਾ ਹੈ ਪ੍ਰਬੰਧਕ ਕਮੇਟੀ ਦੇ ਵੱਲੋਂ ਤਿੰਨੇ ਸਰਪੰਚ ਸਾਹਿਬਾਨ ਔਰ ਉਹਨਾਂ ਨੂੰ ਬੇਨਤੀ ਤਿੰਨੇ ਸਰਪੰਚ ਸਾਹਿਬ ਔਰ ਇੱਕ ਤਾਂ ਸਰਦਾਰ ਬਹਾਦਰ ਸਰਦਾਰ ਨਿਰਵੈਰ ਸਿੰਘ ਜੀ ਸਰਪੰਚ ਸਾਹਿਬ ਔਰ ਦੂਜੇ ਭਾਅ ਜੀ ਉਹਨਾਂ ਦੇ ਮੈਨੂੰ ਨਾਂ ਦੱਸ ਦਿਓ ਔਰ ਸਰਦਾਰ ਬਹਾਦਰ ਸਰਦਾਰ ਧਰਮਵੀਰ ਸਿੰਘ ਜੀ ਅਤੇ ਤਿੰਨੇ ਸਰਪੰਚ ਸਾਹਿਬਾਨ ਔਰ ਉਹਨਾਂ ਨੂੰ ਵੀ ਬੇਨਤੀ ਪਲੀਜ਼ ਮੰਚ 'ਤੇ ਆ ਜਾਓ ਕਿਉਂਕਿ ਜਿਹੜੀਆਂ ਕੋਈ ਸਨਮਾਨਯੋਗ ਹਸਤੀਆਂ ਜਿਨ੍ਹਾਂ ਦੇ ਸਨਮਾਨ ਕਰਨੇ ਵੀ ਬਹੁਤ ਜ਼ਰੂਰੀ ਹੁੰਦੇ ਆ ਕਿਉਂਕਿ ਇਹ ਮੇਲੇ ਕਰਾਉਣੇ ਇੱਕ ਜਾਣੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਸਾਰਿਆਂ ਦੇ ਸਹਿਯੋਗ ਨਾਲ ਹੀ ਕਰਵਾਏ ਜਾਂਦੇ ਨੇ ਔਰ ਸਰਦਾਰ ਬਹਾਦਰ ਸਰਦਾਰ ਨਰਵੈਲ ਸਿੰਘ ਜੀ ਔਰ ਜੋਗਾ ਸਿੰਘ ਜੀ ਆਜੋ ਆਜੋ ਔਰ ਜਿਨ੍ਹਾਂ ਜਿਨ੍ਹਾਂ ਸਨਮਾਨਯੋਗ ਹਸਤੀਆਂ ਦਾ ਸਨਮਾਨ ਕਰਨਾ ਪ੍ਰਬੰਧਕ ਕਮੇਟੀ ਦੇ ਵੱਲੋਂ ਕਿਉਂਕਿ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਮੇਲੇ ਹੁੰਦੇ ਨੇ ਸਨਮਾਨ ਹੋਣੇ ਵੀ ਬਹੁਤ ਜ਼ਰੂਰੀ ਹੁੰਦੇ ਨੇ ਕਿਉਂਕਿ ਇੱਕ ਯਾਦਗਾਰੀ ਚਿੰਨ ਦੇਣੇ ਵੀ ਬਹੁਤ ਜ਼ਰੂਰੀ ਹੁੰਦੇ ਨੇ ਹਾਂਜੀ ਔਰ ਸਰਦਾਰ ਬਹਾਦਰ ਸਰਦਾਰ ਪ੍ਰਭਜੀਤ ਸਿੰਘ ਜੀ ਸਰਪੰਚ ਸਾਹਿਬ ਔਰ ਪਰਮਜੀਤ ਸਿੰਘ ਜੀ ਸਰਪੰਚ ਸਾਹਿਬ ਤੋਂ ਪ੍ਰਬੰਧਕ ਕਮੇਟੀ ਦੇ ਵੱਲੋਂ ਔਰ ਉਹਨਾਂ ਦਾ ਸਾਰੀਆਂ ਹੀ ਜਿੰਨੀਆਂ ਸਨਮਾਨਯੋਗ ਹਸਤੀਆਂ ਸਾਰਿਆਂ ਦਾ ਸਨਮਾਨ ਕੀਤਾ ਜਾ ਰਿਹਾ ਪ੍ਰਬੰਧਕ ਕਮੇਟੀ ਦੇ ਵੱਲੋਂ ਥੈਂਕਸ ਲੋਟ ਮਿਹਰਬਾਨੀ ਧੰਨਵਾਦ ਔਰ ਥੈਂਕਸ ਲੋਟ ਮਿਹਰਬਾਨੀ ਧੰਨਵਾਦ ਇੱਕ ਵਾਰ ਫਿਰ ਤੋਂ ਸਾਰੀ ਹੀ ਪ੍ਰਬੰਧਕ ਕਮੇਟੀ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਹਰ ਸਾਲ ਦੀ ਤਰ੍ਹਾਂ ਕਿ ਬਾਬਾ ਜੀ ਦੀ ਯਾਦ ਦੇ ਵਿੱਚ ਮੇਲਾ ਕਰਵਾਇਆ ਤੋਂ ਅਸੀਂ ਬਹੁਤ ਹੀ ਧੰਨਵਾਦੀ ਹਾਂ LB ਨਿਊਜ਼ ਚੈਨਲ ਵਾਲਿਆਂ ਦੇ LB ਨਿਊਜ਼ ਚੈਨਲ ਵਾਲਿਆਂ ਦੇ ਔਰ ਜਿਹੜੇ ਕਿ ਅੱਜ ਇਸ ਪ੍ਰੋਗਰਾਮ ਦੀ ਲਾਈਵ ਕਵਰੇਜ ਕਰ ਰਹੇ ਨੇ ਔਰ ਉਹਨਾਂ ਦੇ ਵੀ ਅਸੀਂ ਤਹਿ ਦਿਲੋਂ ਧੰਨਵਾਦੀ ਹਾਂ ਔਰ ਉਹਨਾਂ ਦਾ ਵੀ ਸਨਮਾਨ ਜ਼ਰੂਰੀ ਬਣਦਾ ਹੈ ਔਰ ਉਹਨਾਂ ਦੇ ਵੀ ਅਸੀਂ ਤਹਿ ਦਿਲੋਂ ਧੰਨਵਾਦੀ ਹਾਂ LBS ਨਿਊਜ਼ ਵਾਲਿਆਂ ਦੀ ਔਰ ਜਿਹੜੇ ਕਿ ਅੱਜ ਦੇ ਪ੍ਰੋਗਰਾਮ ਦੀ ਕਵਰੇਜ ਕਰ ਰਹੇ ਨੇ ਔਰ ਇਸ ਪ੍ਰੋਗਰਾਮ ਨੂੰ ਇੱਕ ਯਾਦਗਾਰੀ ਪਲ ਬਣਾ ਰਹੇ ਨੇ ਆਪਣੇ ਕੈਮਰੇ ਦੇ ਵਿੱਚ ਕੈਦ ਕਰ ਰਹੇ ਨੇ ਔਰ ਉਹਨਾਂ ਦੇ ਵੀ ਅਸੀਂ ਤਹਿ ਦਿਲੋਂ ਧੰਨਵਾਦੀ ਹਾਂ ਔਰ ਜਿੰਨੀਆਂ ਵੀ ਸਨਮਾਨਯੋਗ ਹਸਤੀਆਂ ਸਾਰੀ ਹੀ ਪ੍ਰਬੰਧਕ ਕਮੇਟੀ ਦੇ ਵੱਲੋਂ ਔਰ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਔਰ ਥੈਂਕਸ ਲੋਟ ਮਿਹਰਬਾਨੀ ਧੰਨਵਾਦ ਤੋਂ ਹਰ ਖੁਸ਼ੀ ਦੇ ਮੌਕੇ 'ਤੇ ਯਾਦ ਰੱਖੋ ਪੰਜਾਬੀ ਅਖਾੜਾ ਹੋਵੇ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੋਵੇ ਜਾਂ ਮਾਤਾ ਦਾ ਜਗਰਾਤਾ ਹੋਵੇ ਕਿਸੇ ਵੀ ਤਰ੍ਹਾਂ ਦਾ ਖੁਸ਼ੀ ਦਾ ਪ੍ਰੋਗਰਾਮ ਹੋਵੇ ਹਰ ਖੁਸ਼ੀ ਦੇ ਮੌਕੇ 'ਤੇ ਯਾਦ ਰੱਖੋ ਬਾਈ ਸ਼ਰੀਫ ਦਿਲਦਾਰ ਬੀਬਾ ਐਸ ਕੌਰ ਔਰ ਜਸਪ੍ਰੀਤ ਜੱਸੀ ਫੋਨ ਨੰਬਰ 98-51-80-317 98-51-80-317 ਤੋਂ ਸਾਰਿਆਂ ਦੇ ਅਸੀਂ ਤਹਿ ਦਿਲੋਂ ਧੰਨਵਾਦੀ ਹਾਂ ਕਮੈਲ ਸਿੰਘ ਜੀ ਔਰ ਹਰਪਾਲ ਸਿੰਘ ਜੀ ਮੈਂਬਰ ਪੰਚਾਇਤ ਔਰ ਸਰਦਾਰ ਬਹਾਦਰ ਸਰਦਾਰ ਸੁਖਦੇਵ ਸਿੰਘ ਜੀ ਔਰ ਉਹ ਸਾਡੀ ਆਵਾਜ਼ ਨੂੰ ਸੁਣਦੇ ਹੋਣ ਤਾਂ ਉਹ ਵੀ
ਹਾਂਜੀ ਵੀਰ ਜੀ, ਅੱਜ ਕਾਹਦੇ ਸੰਬੰਧ 'ਚ ਮੇਲਾ ਮਨਾਇਆ ਜਾ ਰਿਹਾ? ਧੰਨ ਧੰਨ ਬਾਬਾ ਜੰਡ ਪੀਰ ਜੀ ਦਾ ਸਲਾਨਾ ਜੋੜ ਮੇਲਾ ਨੂੰ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ, ਜਿਸ ਵਿੱਚ ਵੱਖ ਵੱਖ ਪਿੰਡਾਂ ਤੋਂ ਆਏ ਸ਼ਰਧਾਲੂ ਦਰਬਾਰ 'ਚ ਨਮਸਤਕ ਹੋ ਕੇ ਆਪਣੀ ਮਨੋਕਾਮਨਾ ਪੂਰੀਆਂ ਕਰਦੇ ਹਨ। ਪਿੰਡ ਮਾੜੀ ਉਦੋਕੇ ਦੇ ਵਿੱਚ ਇਹ ਮੇਲਾ ਮਨਾਇਆ ਜਾਂਦਾ ਜੀ, ਔਰ ਸਮੂਹ ਸੰਗਤਾਂ ਨੂੰ ਮੇਲੇ ਦੀਆਂ ਲੱਖ ਲੱਖ ਵਧਾਈਆਂ ਹੋਣ।